ਇੱਕੋ ਇੱਕ ਹੁਣ ਜਿਹੜਾ ਗੱਠਬੰਧਨ ਬਣੂਗਾ ਉਹ ਸੱਚ ਦਾ ਗੱਠਬੰਧਨ ਬਣੂਗਾ। ਉਹਦੇ ਵਿੱਚ ਇਹ ਵੀ ਹੋ ਸਕਦਾ ਕਿ ਨਵਜੋਤ ਸਿੱਧੂ ਜੀ ਵੀ ਸਾਡੇ CM ਉਮੀਦਵਾਰ ਹੋਣ। ਗੱਠਬੰਧਨ ਵੀ ਆਮ ਆਦਮੀ ਨਾਲ ਹੋ ਸਕਦਾ ਔਰ ਸਾਰੇ ਜਿੰਨੇ ਚੰਗੇ ਲੋਕ ਹੈ ਉਹ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਕਿ ਨਵਜੋਤ ਸਿੰਘ ਸਿੱਧੂ ਆ ਕੇ ਸਾਡੀ ਅਗਵਾਈ ਕਰੇ। ਹੁਣ ਟਕਸਾਲੀ ਤਾਂ ਕਿੱਥੇ ਰਹਿ ਗਏ, ਹੁਣ ਤਾਂ ਠੋਕੋ ਤਾਲੀ ਹੋ ਗਿਆ। ਇਸ ਕਰਕੇ ਹੁਣ ਅਕਾਲੀ ਦਲ ਦਾ ਨਾਮ ਵੀ ਉਹਨਾਂ ਨੂੰ ਚੇਂਜ ਕਰਨਾ ਪੈਣਾ ਕਿ ਜੇ ਸਿੱਧੂ ਆ ਕੇ ਲੀਡ ਕਰੇਗਾ ਉਹ ਕਿਆ ਕਰੇਗਾ ਤਾਂ ਇਹਨਾਂ ਨੂੰ ਫਿਰ ਪਿੱਛੇ ਤਾੜੀਆਂ ਮਾਰਨੀਆਂ ਪਿਆ ਕਰਨਗੀਆਂ ਕਿਉਂਕਿ ਠੋਕੋ ਤਾਲੀ ਤਾਂ ਚੱਲੇ ਗਈ। ਨਾਮਵਰ ਸ਼ਖਸੀਅਤਾਂ ਤਿੰਨ ਤਿੰਨ ਚਾਰ ਚਾਰ ਵਾਰ MP ਬਣੀਆਂ ਸ਼ਖਸੀਅਤਾਂ ਇਹੋ ਜਿਹੀਆਂ ਜਿਹੜੀਆਂ ਸਾਡੇ ਨਾਲ ਆਉਣਗੀਆਂ ਔਰ ਉਹ ਸਾਡੇ ਨਾਲ ਨਹੀਂ ਆਉਣਗੀਆਂ, ਉਹ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਰਿਵਾਰ ਦੇ ਸ਼ਿਕੰਜੇ ਤੋਂ ਬਚਾਉਣਾ ਚਾਹੁੰਦੀਆਂ ਨੇ। ਉਹਨਾਂ ਦੀ ਵੀ ਸੋਚ ਸਾਡੇ ਨਾਲ ਮਿਲਦੀ ਹੈ ਕਿ ਕਿਸੇ ਇੱਕ ਪਰਿਵਾਰ ਦਾ ਨਹੀਂ ਇਸ ਪੰਥ ਦੀ ਜਥੇਬੰਦੀ 'ਤੇ ਕਬਜ਼ਾ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਵੀ ਲਿਆ ਕੇ ਅਤੇ ਹੁਣ ਟਕਸਾਲੀ ਲਫਜ਼ ਉਹਨਾਂ ਦੇ ਨਾਲ ਵੀ ਲਾਓਗੇ। ਕੋਈ UP ਦੇ ਵਿੱਚੋਂ ਸਮਾਜਵਾਦੀ ਪਾਰਟੀ ਦਾ ਉੱਥੇ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਹੈ ਤਾਂ ਉਹਨੂੰ ਵੀ ਸਟੇਜ 'ਤੇ ਚੜਾਈ ਜਾਂਦੇ। ਇਸ ਕਰਕੇ ਉਹਨਾਂ ਨੇ ਤਾਂ ਹੁਣ ਜਿਹੜੀ ਹੈਗੀ ਆ ਰੱਬ ਹੀ ਰੱਖਾ। ਚੰਡੀਗੜ੍ਹ ਵਿੱਚ ਅੱਜ ਅਕਾਲੀ ਦੀ ਜਿਹੜੀ ਕੋਰ ਕਮੇਟੀ ਮੀਟਿੰਗ ਹੋਈ ਆ ਜਿਸ ਵਿੱਚ ਵੱਡੇ ਫੈਸਲੇ ਲਏ ਗਏ ਨੇ, ਖਾਸ ਕਰਕੇ ਦਿੱਲੀ ਯੂਨਿਟ ਨੂੰ ਖੁਦ ਮੁਖਤਿਆਰੀ ਦਾ ਫੈਸਲਾ ਦਿੱਤਾ ਗਿਆ ਹੈ ਕਿ ਉਹ ਖੁਦ ਇਹ ਫੈਸਲਾ ਕਰਨ ਕਿ ਕਿਸ ਨੂੰ ਸਮਰਥਨ ਦੇਣਾ ਆ। ਲੇਕਿਨ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਜਿਹੜੀ ਖਟਾਸ ਵੀ ਕਦੇ ਅਕਾਲੀ ਭਾਜਪਾ ਰਿਸ਼ਤੇ ਪੈਦਾ ਹੁੰਦੀ ਨਜ਼ਰ ਆ ਰਹੀ ਹੈ। ਮੇਰੇ ਨਾਲ ਨੇ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ, ਉਹਨਾਂ ਤੋਂ ਜਾਣਦੇ ਹਾਂ ਕਿ ਕਿਹੜੇ ਕਿਹੜੇ ਫੈਸਲੇ ਮੀਟਿੰਗ ਵਿੱਚ ਹੋਏ ਨੇ ਅਤੇ ਭਵਿੱਖ ਦੇ ਵਿੱਚ ਇਹਨਾਂ ਦਾ ਕੀ ਅਸਰ ਹੈ। ਚੀਮਾ ਸਾਹਿਬ, ਕੀ ਫੈਸਲੇ ਹੋਏ ਨੇ, ਇੱਕ ਤਾਂ ਖੁਦ ਮੁਖਤਿਆਰੀ ਦਾ, ਇਸ ਤੋਂ ਇਲਾਵਾ ਹੋਰ ਕੀ ਨੇ? ਦਿੱਲੀ ਇਕਾਈ ਨੇ ਆਪਣੀ ਪੋਜੀਸ਼ਨ ਜਿਹੜੀ ਆ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਫੈਸਲਾ ਕਰਨਾ ਪਿਆ ਔਰ ਅਸੀਂ ਮਹਿਸੂਸ ਕੀਤਾ ਕਿ ਜੋ ਹਾਲਾਤ ਉੱਥੇ ਬਣੇ ਸੀ ਉਹਨਾਂ ਵਿੱਚ ਸਹੀ। ਹੁਣ ਇਹ ਆ ਕਿ ਅੱਗੋਂ ਇਲੈਕਸ਼ਨ ਦੇ ਵਿੱਚ ਕੀ ਰੋਲ ਹੋਵੇ ਉੱਥੇ ਦੀ ਸਾਡੀ ਸਥਾਨਕ ਇਕਾਈ ਦਾ, ਉਹ ਅਸੀਂ ਉਹਨਾਂ ਨੂੰ ਕਿਹਾ ਕਿ ਆਪਣੀ ਡੈਮੋਕਰੇਟਿਕ ਤਰੀਕੇ ਦੇ ਨਾਲ ਜਥੇਬੰਦੀ ਦੀ ਮੀਟਿੰਗ ਕਰਕੇ ਦਿੱਲੀ ਕਮੇਟੀ ਦੇ ਮੈਂਬਰ ਸਾਹਿਬਾਨ ਹੋਰ ਸਿੰਘ ਸਭਾਵਾਂ ਜਿਹੜੇ ਉਹਨਾਂ ਦੇ ਸਹਿਯੋਗੀ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਜੋ ਉਹ ਵਾਜਬ ਸਮਝਦੇ ਆ ਦਿੱਲੀ ਦੇ ਵਿੱਚ ਉਹ ਆਪਣਾ ਫੈਸਲਾ। ਕਿਸੇ ਵੀ ਪਾਰਟੀ ਨੂੰ ਸਮਰਥਨ ਦਿੱਤਾ ਜਾ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਵੀ ਦਿੱਤਾ ਜਾ ਸਕਦਾ ਹੈ? ਦੇਖੋ, ਗੱਲ ਇਹ ਹੈ ਕਿ ਫੈਸਲਾ ਉਹਨਾਂ ਨੇ ਕਰਨਾ, ਇਸ ਕਰਕੇ ਮੈਂ ਕੋਈ ਰਾਏ ਦਿਆਂ ਠੀਕ ਨਹੀਂ। ਜਦੋਂ ਉਹਨਾਂ ਨੂੰ ਕੋਰ ਕਮੇਟੀ ਨੇ ਬਕਾਇਦਾ ਤੌਰ 'ਤੇ ਅਥੋਰਾਈਜ਼ ਕਰ ਦਿੱਤਾ ਕਿ ਤੁਸੀਂ ਜੋ ਜਿਹੜੀ ਹੈਗੀ ਆ ਪਾਰਟੀ ਦੇ ਹਿੱਤ ਦੇ ਵਿੱਚ ਦੇਸ਼ ਦੇ ਵਡੇਰੇ ਹਿੱਤਾਂ ਦੇ ਵਿੱਚ ਠੀਕ ਸਮਝਦੇ ਹੋ ਉਹ ਕੰਮ ਕਰ ਲਓ, ਹੁਣ ਆਪ ਸਿਆਣੇ ਆ, ਜੋ ਠੀਕ ਲੱਗਿਆ ਉਹ ਫੈਸਲਾ ਕਰ ਲੈਣਾ। ਚੀਮਾ ਜੀ, ਇਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਰਿਸ਼ਤਿਆਂ ਦੇ ਕੋਈ ਫਰਕ ਪਵੇਗਾ ਅਕਾਲੀ ਭਾਜਪਾ, ਕਿਉਂਕਿ ਭਾਜਪਾ ਆਗੂ ਵੀ ਇਹ ਗੱਲ ਕਹਿ ਰਹੇ ਨੇ ਕਿ ਅਕਾਲੀਆਂ ਤੋਂ ਪਾਸਾ ਕੀਤਾ ਜਾਵੇ? ਦੇਖੋ, ਗੱਲ ਇਹ ਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦਾ ਵੀ ਇਹਦਾ ਪੰਜਾਬ ਦੇ, ਸਾਡਾ ਪੁਰਾਣਾ ਅਲਾਇੰਸ ਹੈ, ਬਹੁਤ ਪੁਰਾਣਾ ਰਿਸ਼ਤਾ ਹੈ, ਇਹਦਾ ਪੰਜਾਬ 'ਤੇ ਕੋਈ ਫਰਕ ਪਵੇਗਾ। ਅੱਜ BJP ਦੇ ਪ੍ਰਦੇਸ਼ ਪ੍ਰਧਾਨ ਸਾਹਿਬ ਦੇ ਵਿਸਥਾਰ ਦੇ ਵਿੱਚ ਇੰਟਰਵਿਊ ਵੀ ਹੈ, ਇੱਕ ਅੰਗਰੇਜ਼ੀ ਦੇ ਅਖਬਾਰ ਦੇ ਵਿੱਚ ਬੜੀ ਵੱਡੀ ਛਪੀ ਹੈ ਔਰ ਉਹਨਾਂ ਨੇ ਵੀ ਜਿਹੜੀ ਹੈ ਬੜੇ ਪੋਜ਼ੀਟਿਵਲੀ ਸਾਰੀਆਂ ਗੱਲਾਂ ਇਹ ਕਹੀਆਂ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਹਦਾ ਅਸਰ ਪੰਜਾਬ 'ਤੇ ਹੋਣ ਵਾਲਾ। ਟਕਸਾਲੀਆਂ ਦੀ ਗੱਲ ਕਰ ਲੈਣ ਨਾਲ, ਟਕਸਾਲੀਆਂ ਵੱਲੋਂ ਹਾਲ ਹੀ ਵਿੱਚ ਬਿਆਨ ਹੋਇਆ ਸਪੋਕਸਮੈਨ TV 'ਤੇ ਕਿ ਹਜੇ ਹੋਰ ਵੀ ਕਈ ਆਗੂ ਨੇ ਅਕਾਲੀਆਂ ਦੇ ਜਿਹੜੇ ਟਕਸਾਲੀਆਂ ਸ਼ਾਮਿਲ ਹੋਣ ਵਾਲੇ ਨੇ, ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗ ਰਿਹਾ ਵੀ ਜਿਹੜਾ ਪਾਰਟੀ ਨੂੰ ਬੇਸ਼ੱਕ ਦੀ ਬਿਆਨ ਆ ਰਹੇ ਨੇ ਕਿ ਪਾਰਟੀ ਨੂੰ ਫਰਕ ਨਹੀਂ ਪੈ ਰਿਹਾ, ਪਰ ਬਹੁਤ ਸਾਰੇ ਆਗੂ ਨੇ ਜਿਹੜੇ ਕਿ ਟਕਸਾਲੀਆਂ ਸ਼ਾਮਿਲ ਹੋ ਰਿਹਾ? ਦੇਖੋ, ਕੱਲ੍ਹ ਬ੍ਰਹਮਪੁਰਾ ਸਾਹਿਬ ਦਾ ਬਿਆਨ ਸੀ, ਉਹਨਾਂ ਨੇ ਅਪੀਲ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਆ ਕੇ ਸਾਡੀ ਅਗਵਾਈ ਕਰੇ। ਹੁਣ ਟਕਸਾਲੀ ਤਾਂ ਕਿੱਥੇ ਰਹਿ ਗਏ, ਹੁਣ ਤਾਂ ਠੋਕੋ ਤਾਲੀ ਹੋ ਗਿਆ। ਇਸ ਕਰਕੇ ਹੁਣ ਅਕਾਲੀ ਦਲ ਦਾ ਨਾਮ ਵੀ ਉਹਨਾਂ ਨੂੰ ਚੇਂਜ ਕਰਨਾ ਪੈਣਾ ਕਿ ਜੇ ਸਿੱਧੂ ਆ ਕੇ ਲੀਡ ਕਰੇਗਾ ਤਾਂ ਉਹ ਕਿਆ ਕਰੇਗਾ ਤਾਂ ਇਹਨਾਂ ਨੂੰ ਫਿਰ ਪਿੱਛੇ ਤਾੜੀਆਂ ਮਾਰਨੀਆਂ ਪਿਆ ਕਰਨਗੀਆਂ ਕਿਉਂਕਿ ਠੋਕੋ ਤਾਲੀ ਤਾਂ ਚੱਲੇ ਗਈ। ਇਸ ਕਰਕੇ ਉਹ ਹੁਣ ਉਖੜ ਗਏ। ਹੁਣ ਉਹਨਾਂ ਨੂੰ ਇਹ ਕਿ ਕਿਸੇ ਤਰੀਕੇ ਸਾਡੀ ਕੋਈ ਜਿੱਦ ਪੂਰੀ ਹੋਵੇ, ਕੋਈ ਸਾਨੂੰ ਆਸਰਾ ਮਿਲੇ। ਕਦੀ ਸਰਨਾ ਸਾਹਿਬ ਕੋਲ ਜਾਂਦੇ ਆ, ਉਹ ਭੁੱਲੀ ਜਾਂਦੇ ਆ ਕਿ ਹਾਲੇ ਜਿਹੜੇ ਬੰਦੇ ਕਾਂਗਰਸ ਦੇ ਵਿੱਚ ਆ ਅੱਜ ਦੀ ਤਰੀਕ 'ਚ, ਉਹਨਾਂ ਨੂੰ ਵੀ ਲਿਆ ਕੇ ਅਤੇ ਹੁਣ ਟਕਸਾਲੀ ਲਫਜ਼ ਉਹਨਾਂ ਦੇ ਨਾਲ ਵੀ ਲਾਓਗੇ। ਕੋਈ UP ਦੇ ਵਿੱਚੋਂ ਸਮਾਜਵਾਦੀ ਪਾਰਟੀ ਦਾ ਉੱਥੇ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਹੈ ਤਾਂ ਉਹਨੂੰ ਵੀ ਸਟੇਜ 'ਤੇ ਚੜਾਈ ਜਾਂਦੇ। ਇਸ ਕਰਕੇ ਉਹਨਾਂ ਨੇ ਤਾਂ ਹੁਣ ਜਿਹੜੀ ਹੈਗੀ ਆ ਰੱਬ ਹੀ ਰੱਖਾ। ਇਸ ਲਈ ਮੈਂ ਸਮਝਦਾ ਕਿ ਜਨਤਾ ਨੇ ਉਹਨਾਂ ਨੂੰ ਸਹਿਯੋਗ ਨਹੀਂ ਦਿੱਤਾ, ਉਹਨਾਂ ਨੂੰ ਮਹਿਸੂਸ ਕਰ ਲੈਣਾ ਚਾਹੀਦਾ ਕਿ ਉਹਨਾਂ ਨੇ ਜਿਹੜਾ ਫੈਸਲਾ ਗਲਤ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ, ਇੱਕ ਕਿਤਾਬ ਭੇਜੀ ਆ, ਨਾਲ ਕਿਹਾ ਕਿ ਇਹ ਚਿੱਠੀ ਜਿਹੜੀ ਕਿਤਾਬ ਪੜ੍ਹੀ ਜਾਵੇ ਅਡੋਲਫ ਹਿਟਲਰ ਦੀ ਆ ਅਤੇ ਦੇਖਿਆ ਜਾਵੇ ਵੀ CAA ਦਾ ਜੋ ਉਹਨੂੰ ਲੈ ਕੇ ਹਵਾਲਾ ਦਿੱਤਾ ਗਿਆ ਵੀ ਕੀ ਨਤੀਜਾ ਹੋ ਸਕਦਾ ਹੈ।
ਦੇਖੋ ਗੱਲ ਇਹ ਹੈ ਕਿ ਹਾਲੇ ਸਾਡੇ ਕੋਲ ਕੋਈ ਚਿੱਠੀ ਕੈਪਟਨ ਸਾਹਿਬ ਦੀ ਨਹੀਂ ਆਈ, ਜਦੋਂ ਆਏਗੀ ਤਾਂ ਸਤਿਕਾਰ ਸਾਹਿਤ ਉਹਦਾ ਜਵਾਬ ਵੀ ਜ਼ਰੂਰ ਦਿਆਂਗੇ। ਇਸ ਕਰਕੇ ਹਾਲੇ ਕੋਈ ਹੈ ਨਹੀਂ, ਜਦੋਂ ਆਈ ਉਦੋਂ ਹੀ ਜਵਾਬ ਸਤਿਕਾਰ ਸਾਹਿਤ ਉਹਨਾਂ ਨੂੰ ਭੇਜਾਂਗੇ। ਡਾਕਟਰ ਦਲਜੀਤ ਸਿੰਘ ਸੀਮਾ ਜੀ, ਇਹਨਾਂ ਦਾ ਕਹਿਣਾ ਕਿ ਕੋਰਟ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜਿਹੜੀ ਦਿੱਲੀ ਇਕਾਈ ਆ ਖੁਦ ਫੈਸਲਾ ਕਰੇ ਕਿਸ ਪਾਰਟੀ ਦੇ ਹੱਕ ਵਿੱਚ ਖੜਨਾ ਆ, ਅਤੇ ਹੁਣ ਦੇਖਦੇ ਹਾਂ ਕਿ 24 ਜਨਵਰੀ ਨੂੰ ਜੋ ਬੈਠਕ ਹੁੰਦੀ ਹੈ ਉਹਦਾ ਨਤੀਜਾ ਕੀ ਨਿਕਲਦਾ ਹੈ। ਮੈਂ ਸੁਰਖਾਵ ਚੰਦ ਆਪਣੇ ਸਹਿਯੋਗੀ ਸੁਖਵਿੰਦਰ ਸਿੰਘ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ।